हूँ ट्रैक्टर स्टार्ट होता पाया, चल भाई सलाह मार एक फिर जरा ब्रेक दवा, देखो ब्रेक दबा के रखना, रेस दे जरा, देखो सफेद धुआं पे मारता ट्रैक्टर, देखो रेस और नहीं दे यार, डरना क्यों गया, देखो जी अस्सलाम वालेकुम जी दोस्तों, क्या हाल चाल है, ठीक हो खैर खरीत है जी। 17 मॉडल ट्रैक्टर की कंडीशन तुसा वेखो, ए जेनुअन टायर है, ए वेख लो ए कंडीशन ट्रैक्टर की, वेखो अगर जीरो जी कंडीशन न हो वत गल करो, ठीक है मैं तुम सारा ट्रैक्टर का रिव्यू एक बार बिठाना, और ये गल जी हक सच दी ये दो नंबर ही कोई ना सी, ठीक हो गया तुसीं इहदा टायर वेख लो और इस दे इंजन की कंडीशन की हुई है, बे ट्रैक्टर नूं स्टैंडर्ड आइन पंप है, ये ट्रैक्टर 30 घंटा चलिया जचाली ते कम अज कम 3 लीटर मोबलैल घटा गया, असी हुण इहदा इंजन खोलण लगे हां, इहदा हैड पटसां इहदा चैंबर पट के दे पिस्टन बाहर कढदे हां, और वाती दी मालूमात दसा भाई की वजह क्यों इस दे नवा ट्रैक्टर हो के ते इस दा इंजन दा म्यार क्यों गलत है, लिहाजा शुरू कर दें मैं इस वास्ते वीडियो बनाई है, पहले ट्रैक्टर दी तुहानू विखाई है, ए ट्रैक्टर दी कंडीशन है जी। अस्सलाम वालेकुम जी, ग्रुप दे मेंबरान सारे भाई अपने दोस्त हैं साढ़े फाउंडरी वाले आ गए, ये हुण इस दे सलीब सलीब इन्हें कढ दिते हैं, ते ए बाकी हुण एक पिस्टन भी निकल आए सारे, ते इन्हें नाल हुण मैं कोई सवाल जवाब कर दें। अस्सलाम वालेकुम भाई नदीम, क्या हाल है, ठीक हो भाई जान, ये दसो भाई ए जरा समान इस दे विचू 385 17 मॉडल 1700 घंटा चले हुआ, ये विचू जरा समान निकलिया ये के म्यार है, पिस्टन तुहाडे हाथ ते जेडे विचू निकलिया ये के म्यार है, जरा ਟੋਟਲ ਨਾ ਜੀ ਇਹ ਲੋਕਲ ਮਾਲ ਸਾਰਾ ਸਮਾਨ ਫਿੱਟ ਹੋ ਜਾਂਦਾ। ਅੱਛਾ ਪਿਸਟਨ ਲੋਕਲ ਨੇ, ਅੱਛਾ ਰਿੰਗ ਲੋਕਲ ਨੇ, ਅੱਛਾ ਇਹਦੀ ਵਜ੍ਹਾ ਨਾਲ ਇਹ ਟਰੈਕਟਰ ਚੱਲਦਾ। ਇਹ ਟਰੈਕਟਰ ਕਿਉਂ ਮੋਬਲੈਲ ਖਾਂਦਾ, ਨਵਾਂ ਵੀ ਜ਼ੀਰੋ ਹੀ ਆ ਇਹ ਮੋਬਲੈਲ ਖਾਂਦੇ ਨੇ, ਲੋਕਲ ਰਿੰਗ ਨੇ ਜੀ, ਨਾਕਸ ਰਿੰਗ ਨੇ ਬਿਲਕੁਲ, ਨਾ ਕਿ ਸਮਾਨ ਇਹਦੇ ਵਿੱਚ ਬਾਰੀਕ ਰਿੰਗ ਨੇ ਤੇ ਬਾਰੀਕ ਰਿੰਗ ਨੇ, ਮਿਆਰ ਨਹੀਂ ਅੱਛਾ, ਅੱਛਾ ਇਹਦੇ ਵਾਸਤੇ ਇਹਨਾਂ ਨੇ ਕੀ ਤਬਦੀਲੀ ਕਰਨੀ ਚਾਹੀਦੀ ਕੰਪਨੀ ਵਾਲਿਆਂ ਨੂੰ, ਜੋ ਇਹਨਾਂ ਦਾ ਮਿਆਰ ਠੀਕ ਹੋਵੇ, ਪਰਕਨ ਦਾ ਕਰਕੇ ਵੇਖਦਾ ਪਿਆ, ਹਾਂ ਪਰਕਨ ਦਾ ਸਮਾਨ ਪਾਣ, ਠੀਕ ਹੋ ਗਿਆ, ਇੰਗਲੈਂਡ ਦਾ ਸਮਾਨ ਪਾਣੀ ਹੈ ਟਰੈਕਟਰ ਵੇਚਦੇ ਇੰਗਲੈਂਡ ਦਾ ਕਰਕੇ, ਹਾਂ ਹਾਂ ਫਿਰ ਰਾਗੀ ਚੱਲੇਗਾ, ਕਿਉਂ ਨਹੀਂ ਚੱਲੇਗਾ, ਠੀਕ ਹੋ ਗਿਆ, ਮਤਲਬ ਇਹ ਵੇ ਕਿ ਮਟੀਰੀਅਲ ਅੱਛਾ ਨਹੀਂ ਪਾ ਰਹੇ, ਲੋਕਲ ਪਾ ਰਹੇ, ਬਿਲਕੁਲ ਥਰਡ ਕਲਾਸ ਮਟੀਰੀਅਲ, ਥਰਡ ਕਲਾਸ ਮਟੀਰੀਅਲ, ਇਸ ਤੋਂ ਸਸਤਾ ਵੀ ਸਮਾਨ ਕੋਈ ਹੋਰ ਹੈ ਜਿਹੜਾ ਵਿੱਚ ਪਾਇਆ ਹੋਇਆ ਨਾ, ਇਸ ਤੋਂ ਸਸਤਾ ਕੋਈ ਸਮਾਨ ਨਹੀਂ, ਇਸ ਤੋਂ ਸਸਤਾ ਕੋਈ ਸਮਾਨ ਨਹੀਂ, ਠੀਕ ਹੋ ਗਿਆ, ਹੁਣ ਤੁਸੀਂ ਮੈਨੂੰ ਇਹ ਗੱਲ ਅਗਲੀ ਦੱਸੋ ਜਿਹੜਾ ਉਹ ਸਮਾਨ ਹੁਣ ਅਸੀਂ ਤੁਸੀਂ ਟਰੈਕਟਰ 'ਚ ਪਾ ਰਹੇ ਹੋ, ਆਓ ਨਾ ਜਰਾ 2 ਮਿੰਟ ਇਸ ਸਾਈਡ 'ਤੇ ਆਓ, ਜਿਹੜਾ ਹੁਣ ਇਹ ਸਲੀਬ ਵੇਖੋ ਇਹ ਕਿਹੜਾ ਤੁਸੀਂ ਹੁਣ ਪਾ ਰਹੇ ਹੋ, ਇਹ ਸਲੀਬ, ਅੱਛਾ ਇਹ ਸਲੀਬ ਜਿਹੜਾ ਹੈ ਇਹ ਕਿਹੜੀ ਕੰਪਨੀ ਦਾ, ਗੋਰਸ ਜਰਮਨ ਦਾ ਸਲੀਬ ਹੈ, ਅੱਛਾ ਇਹ ਗੋਰਸ ਦਾ, ਇਧਰ ਇੱਕ ਮਿੰਟ ਇੱਕ ਮਿੰਟ, ਅੱਛਾ ਗੋਰਸ ਦਾ, ਠੀਕ ਹੋ ਗਿਆ, ਗੋਰਸ ਜਰਮਨ ਦਾ, ਅੱਛਾ ਜਰਮਨ ਦਾ, ਰਿੰਗ ਦੇ ਵਿੱਚ ਕਿਹੜੇ ਪਾ ਰਹੇ ਹੋ, ਉਹ ਪਾ ਰਹੇ ਜੀ ਗੋਰਸ ਜਰਮਨ ਦੇ ਪਾ ਰਹੇ ਜੀ, ਅੱਛਾ ਇਹ ਵੀ ਗੋਰਸ ਜਰਮਨ ਦੇ ਪਾ ਰਹੇ ਹੋ, ਔਰ ਪਿਸਟਨ ਤੁਸੀਂ ਕਿਹੜੇ ਪਾ ਰਹੇ ਹੋ, ਪਿਸਟਨ ਜੀ ਏਟੀਐਸ ਦਾ ਪਾ ਰਹੇ ਜੀ, ਅੱਛਾ ਅੱਛਾ ਇਹ ਜਿਹੜਾ ਏਟੀਐਸ ਦਾ ਪਿਸਟਨ ਪਾ ਰਹੇ ਹੋ ਤੁਸੀਂ ਇਹਦੇ ਵਿੱਚ, ਇਹ ਕਿਤਨੇ ਰਿੰਗ ਵਾਲਾ ਪਿਸਟਨ ਹੈ, ਇਹ 4 ਰਿੰਗ ਵਾਲਾ, 4 ਰਿੰਗ ਵਾਲਾ, ਪਹਿਲੇ ਵਾਲਾ 3 ਰਿੰਗ ਵਾਲਾ, 3 ਰਿੰਗ ਵਾਲਾ, ਅੱਛਾ ਹੁਣ ਇਸ ਦੇ ਵਿੱਚ ਇਹਦਾ ਮਿਆਰ ਜਿਹੜਾ ਇਹ ਤੁਸੀਂ ਸਮਾਨ ਪਾ ਰਹੇ ਹੋ, ਇਸ ਦੀ ਕੁਆਲਿਟੀ ਇਹ ਵੀ ਉਸੇ ਤਰ੍ਹਾਂ ਚਲਦੀ ਜਿਵੇਂ ਅਗਲਾ ਪੇ ਚੱਲਦਾ, ਯਹਾਂ ਹਾਂਜੀ ਜ਼ਮੀਨ ਸਮਾਨ ਦਾ ਫਰਕ ਹੈ ਜੀ, ਅੱਛਾ ਇਸ ਦੇ ਵਿੱਚ ਇਹਦੀ ਕੀ ਹੋਸੀ ਜੀ, ਤਾਕਤ ਵੱਧ ਜਾਏਗੀ, ਤਾਕਤ ਵੱਧ ਜਾਏਗੀ ਜੀ, ਮਿਆਰ ਇਹਦਾ ਜ਼ਿਆਦਾ ਹੋਸੀ, ਟਾਈਮ ਟਾਈਮ ਵੀ ਜ਼ਿਆਦਾ ਹੋਸੀ, ਇਹਦੀ ਉਮਰ ਵੱਧ ਜਾਏਗੀ ਇੰਜਣ ਦੀ, अगर आम रूटीन ਨਾਲ ਅਸੀਂ ਜਿਵੇਂ ਇਸਤੇਮਾਲ ਕਰਦੇ ਆ ਜ਼ਮੀਨਦਾਰੇ ਹਿਸਾਬ ਵਿੱਚ, ਕੀ ਖਿਆਲ ਹੈ 8 ਤੋਂ 10 ਸਾਲ ਇਹਨਾਂ ਚੱਲ ਜਾਸੀ, ਚੱਲੇਗਾ ਅੱਲਾ ਦੇ ਬੰਦਾ, ਠੀਕ ਹੋ ਗਿਆ, ਚੱਲਣਾ ਚਾਹੀਦਾ, ਅੱਛਾ ਠੀਕ ਹੋ, ਤੁਸੀਂ ਸਾਂਪ ਕਰਦੇ ਹੋ ਨਾ ਜੀ, ਠੀਕ ਹੋ ਗਿਆ, ਚੱਲਣਾ ਚਾਹੀਦਾ, ਅੱਛਾ ਚੱਲਣਾ ਚਾਹੀਦਾ, ਠੀਕ ਹੋ ਗਿਆ, ਚਲੋ ਜੀ ਮੈਂ ਆਖਿਆ ਮਾਲੂਮਾਤ ਲੈ ਲੈ ਵੀ ਇਹ ਤੁਹਾਡੇ ਕੋਲ, ਤੇ ਕੰਪਨੀ ਵਾਲਿਆਂ ਨੂੰ ਵੀ ਅੱਲਾ ਹਦਾਇਤ ਦੇਵੇ, ਅੱਛਾ ਮਟੀਰੀਅਲ ਪਾਣ, ਸਮਾਨ ਸਾਡੇ ਕੋਲ ਵਿੱਚ ਮਟੀਰੀਅਲ 2 ਨੰਬਰ ਪਾ ਪਾ ਕੇ ਪੈਸੇ ਲੈਣੇ ਲੈ ਪਿੱਛੇ ਨਹੀਂ ਵੇਖਦੇ, ਤੇ ਇਹ ਵੀ ਅਜੇ ਤੱਕ ਕਦੇ ਨਹੀਂ ਹੋਇਆ ਹਿਸਾਬ ਕਿਤਾਬ ਕਿ ਟਰੈਕਟਰ ਦਾ ਜਨਾਬ ਇੰਜਣ ਜਿਹੜਾ ਹੈ ਉਹ ਆਨੇ 0 ਮੀਟਰ ਹੀ ਮੋਬਾਈਲ ਖਾਣਾ ਸ਼ੁਰੂ ਕਰ ਦਿੰਦਾ, ਤੇ ਅੱਗੇ ਟਰੈਕਟਰ ਹੁੰਦੇ ਹਨ ਸਾਡੇ ਕੋਲ ਉਹ ਤਕਰੀਬਨ 2-2 ਸਾਲ 2-2 ਟਾਇਰਾਂ ਦੀਆਂ ਜੋੜੀਆਂ ਘਸਾ ਪੈਂਦੇ ਹਨ, ਤੇ ਉਹਨਾਂ ਦੇ ਜਨਾਬ ਇੰਜਣ ਕਦੀ ਖਰਾਬ ਨਾ ਹੋਏ,
पर ये तो बस अल्लाह हाफिज़ है जी, अल्लाह इन्हां नूं हदायत देवे, कंपनी वाले ने मटीरियल अपना ठीक करें जी। ठीक हो गया जी, अस्सलाम वालेकुम जी। ग्रोपा लो जी, मैं अज मेरा चाह भी आया जी, ट्रैक्टर का काम कराना जी, तो मैं क्या चलो तुम थोड़ी मशीनरी नाल मुतारफ कराई। आओ ना जी जरा उस्ताद जी, ए जरा मशीन के बारे थोड़ी साइड दो भाई, ए मशीन हाँ एक सेकंड जी, लाओ जी उतु ਹੁਣ ਸ਼ਾਮ ਦਾ ਟਾਈਮ ਇਹਨਾਂ ਜੀ। ਅੱਛਾ ਜੀ, ਇਹ ਕਿਹੜੀ ਮਸ਼ੀਨ ਹੈ ਜੀ? ਸਰ ਇਹ ਬੋਰਿੰਗ ਮਸ਼ੀਨ ਹੈ। ਇਹ ਬੋਰਿੰਗ ਮਸ਼ੀਨ ਇਸ ਟਾਈਮ ਬੋਰ ਕਰਦੇ? ਇਸ ਟਾਈਮ ਤੁਸੀਂ ਸਲੀਬ ਦੇ ਅੰਦਰ ਜਿਹੜਾ ਬੋਰ ਕਰਦੇ ਹੋ ਇਸ ਮਸ਼ੀਨ ਨਾਲ ਕਰਦੇ ਹੋ? ਅੱਛਾ, ਇਹ ਮੁxtਲਿਫ ਸਾਈਜ਼ਾਂ ਦੀ ਮਸ਼ੀਨ ਹੈ ਭਈਆ? ਛੋਟੀ ਹੈ ਜਿਸ ਤਰ੍ਹਾਂ ਦੀ ਬਫਸ ਹੈ, ਮਤਲਬ ਇਹ ਜਿਤਨੇ ਜਿਤਨੇ ਪਿਸਟਨ ਦਾ ਸਾਈਜ਼ ਵੱਡਾ ਹੁੰਦਾ ਜਾਂਦਾ ਉਸ ਦੇ ਮੁਤਾਬਕ ਇਹ ਮਸ਼ੀਨਾਂ ਹੈ ਜੀ। ਸਰ ਠੀਕ ਹੋ ਗਿਆ, ਚਲੋ ਜੀ ਆ ਜਾਓ। ਠੀਕ ਹੈ, ਇਹ ਬੋਰਿੰਗ ਮਸ਼ੀਨ ਆ ਗਈ, ਆ ਜਾਓ ਜੀ। ਇਹ ਹੈ ਜੀ ਪਾਲਿਸ਼ ਕਰਨ ਵਾਲੀ। ਅੱਛਾ, ਇਹ ਪਾਲਿਸ਼ ਕਰਨ ਵਾਲੀ ਮਸ਼ੀਨ ਆ ਗਈ ਜੀ। ਸਰ ਕਰੀਮ ਪਾਲਿਸ਼ ਠੀਕ ਹੋ ਗਿਆ। ਅੱਛਾ, ਇਹ ਆਓ ਜਰਾ ਇਸ ਦੇ ਬਾਰੇ ਇਹ ਦੱਸੋ, ਇਹ ਕੀ ਚੀਜ਼ ਹੈ ਤੁਹਾਡੇ? ਇਹ ਪ੍ਰੈਸ ਹੈ। ਇਹ ਪ੍ਰੈਸ ਹੈ, ਇਹ ਕਿਸ ਮਕਸਦ ਵਾਸਤੇ ਲਾਇਆ ਹੈ ਨਾਲ ਕੀ ਕਰਦੇ ਹੋ? ਸਲੀਬ ਤੇ ਸਲੀਬ। ਅੱਛਾ, ਇਸ ਦੇ ਨਕਾਰਤੇ ਉਹ ਪ੍ਰੈਸ ਕਰਦੇ ਹੈ। ਅੱਛਾ, ਸਲੀਬ ਇਹ ਠੋਕਣ ਵਾਸਤੇ? ਜੀ ਸਰ, ਠੀਕ ਹੋ ਗਿਆ। ਪ੍ਰੈਸ ਵੀ ਇਸੇ ਨਾਲ ਕੱਢਦੇ, ਵੀ ਇਸੇ ਨਾਲ ਹੀ ਉਹ ਪ੍ਰੈਸ। ਅੱਛਾ, ਇਹ ਪ੍ਰੈਸ ਲੱਗਾ, ਜਰਾ ਚਲਾ ਕੇ ਵਿਖਾਓ ਥੋੜਾ ਜਿਹਾ, ਸਾਈਡ ਤੇ ਉਹ ਨਾ ਜਰਾ। ਹਾਂ ਜੀ, ਚਲਾਓ। ਦੇਖੋ ਜੀ, ਇਹ ਪ੍ਰੈਸ ਚੱਲ ਰਿਹਾ। ਠੀਕ ਹੈ, ਕੋਈ ਚੀਜ਼ ਨੂੰ ਦਬਾਉਣ ਵਾਸਤੇ ਨਹੀਂ ਨਹੀਂ ਠੀਕ ਹੈ, ਬੰਦ ਕਰ ਦਿਓ। ਆ ਜਾਓ, ਅੱਗੇ ਆਓ, ਅੱਗੇ ਆਓ ਜੀ। ਹਾਂ ਜੀ, ਇਹ ਮਸ਼ੀਨ ਕਿਸ ਚੀਜ਼ ਵਾਸਤੇ? ਬੜੀ ਸਾਰੀ ਇੱਕ ਮਸ਼ੀਨ ਲਾਈ ਹੋਈ ਹੈ ਤੁਸੀਂ, ਛੋਟੀ ਖਰਾਬ ਮਸ਼ੀਨ ਹੈ ਬੜੀ। ਅੱਛਾ, ਇਹਦੇ ਤੇ ਕੋਈ ਚੀਜ਼ ਟੂਲ ਸ਼ੂਲ ਵਗੈਰਾ ਲਾਣ ਦੇ? ਅੱਛਾ, ਸਟੂਡੀਓ ਡਾਲ। ਆ ਜਾਓ ਜੀ ਜਰਾ, ਥੋੜੀ ਸਾਈਡ ਤੋਂ ਬੱਚੇ। ਅੱਛਾ, ਇਹ ਕੀ ਚੀਜ਼ ਹੈ ਜੀ? ਇਹ ਵੀ ਖਰਾਬ ਮਸ਼ੀਨ ਹੈ ਜੀ ਸਰ। ਅੱਛਾ ਜੀ, ਟੂਲ ਵਗੈਰਾ ਕਰਦੇ, ਬੁਸ਼ ਵਗੈਰਾ। ਠੀਕ ਹੋ ਗਿਆ, ਆ ਜਾਓ ਜਰਾ ਅੱਗੇ ਆਓ। ਅੱਛਾ, ਇਹ ਕੀ ਮਸ਼ੀਨ ਹੈ ਜੀ? ਇਹ ਵਾਲੀ ਇਹ ਹੈਡ ਫੇਸ ਕਰਦਾ ਤੇ ਬਲਾਕ ਫੇਸ ਕਰਦਾ, ਜਿਹੜਾ ਸਾਡੇ ਟਰੈਕਟਰਾਂ ਵਿੱਚ ਮਸਲਾ ਆਉਂਦਾ, ਗੈਸਕਟ ਸਾੜ ਦਿੰਦਾ ਟਰੈਕਟਰ, ਗਰਮੀ ਕਰਦਾ। ਠੀਕ ਹੈ, ਗੈਸਕਟ ਸਾੜਦਾ, ਇਹ ਉਹਦਾ ਫੇਸ ਬਰਾਬਰ ਕਰਦਾ ਹੈਡ ਦਾ ਔਰ ਬਲਾਕ ਦਾ, ਇਹ ਉਸ ਮਕਸਦ ਵਾਸਤੇ ਮਸ਼ੀਨ ਹੈ। ਠੀਕ ਹੈ, ਆ ਜਾਓ ਜ਼ਰਾ ਅੱਗੇ ਆਓ ਜੀ। ਇਹ ਹੈਡ ਦਾ ਕੰਮ ਹੋ ਰਿਹਾ ਜੀ? ਜੀ ਜੀ, ਹੈਡ ਦਾ ਕੰਮ ਹੋ ਰਿਹਾ ਜੀ। ਅੱਛਾ ਜੀ, ਇਹ ਮਸ਼ੀਨ ਉੱਤੇ ਕੀ ਪਈ ਹੈ ਜੀ? ਇਹ ਵੀ ਇਹ ਵਾਲ ਗ੍ਰੈਂਡ ਕਰਦੇ ਹੈ। ਠੀਕ ਹੋ ਗਿਆ ਜਨਾਬ, ਇਹ ਆ ਗਈ ਮਸ਼ੀਨ ਸਾਡੇ ਹੈਡ ਦੀ। ਬਾਕੀ ਇਹ ਵਰਮਾ ਆ ਗਿਆ ਜੀ, ਠੀਕ ਹੋ ਗਿਆ ਜੀ। ਇਹ ਜਨਰੇਟਰ ਆ ਗਿਆ ਤੁਹਾਡਾ ਜੀ, ਚਲੋ ਜੀ, ਮਿਹਰਬਾਨੀ ਜੀ ਤੁਹਾਡੀ। ਹਾਂ ਜੀ, ਠੀਕ ਹੈ, ਠੀਕ ਹੈ ਜੀ, ਠੀਕ ਹੈ ਜੀ, ਮਿਹਰਬਾਨੀ ਜੀ। ਅਸਲਾਮ ਵਾਲੇਕੁਮ ਜੀ, ਇਹ ਵੇਖੋ ਜੀ, ਅਜੇ ਤੱਕ ਟਰੈਕਟਰ ਨੂੰ ਕਾਰਬਨ ਨਹੀਂ ਆਈ। ਇਹ ਨਟ ਕਾਬਲੇ ਵੇਖੋ, ਟੈਪਟ ਕਵਰਾਂ ਦੇ ਇੰਨੇ ਚਮਕਦੇ ਪੈਣ ਸ਼ੀਸ਼ੇ ਯਾਰ, ਇਹ ਵੇਖ ਲਓ। ਅਜੇ ਤੱਕ ਇਹਨੂੰ ਕਾਰਬਨ ਹੀ ਨਹੀਂ ਬਣੀ, ਵਿੱਚ ਇੰਜਣ ਕਿਤਨੇ ਇੰਜਣ ਚੱਲਿਆ ਜੋ ਕਾਰਬਨ ਹੀ ਨਹੀਂ ਬਣੀ। ਉਹ ਟੈਪਟ ਕਵਰ ਦਾ ਕਿੱਥੇ ਪਿਆ ਵਿਖਾ? ਇਹ ਵੇਖੋ, ਟੈਪਟ ਕਵਰ ਦਾ ਅੰਦਰੂਨ ਵੇਖੋ, ਹੁਣ ਇਸ ਦੇ ਵਿੱਚ ਕਿਤਨੇ ਕੇ ਚੱਲ ਗਿਆ। ਇਹਦੀ ਇਹਦੀ ਕੰਡੀਸ਼ਨ ਵੇਖ ਲਓ ਤੁਸੀਂ, ਟੈਪਟ ਕਵਰ ਦੀ ਇਹ ਕੰਡੀਸ਼ਨ ਵੇਖ ਲਓ, ਔਰ ਇਹ ਵੇਖ ਲਓ ਟੈਪਟ ਬਾਂਸਰੀ ਵੇਖ ਲਓ, ਟੈਪਟਾਂ ਦੇ ਨਟ ਜਿਹੜੇ ਬੋਲਟ ਇੰਨੇ ਯਾਰ ਸ਼ੀਸ਼ੇ ਯਾਰ ਚਮਕਦੇ ਪੈਣ ਜੀ। ਤਾਂ ਗਰੈਂਡਰ ਮਸ਼ੀਨ ਹੈ ਜੀ, ਇਹਦੇ ਉੱਤੇ ਹੁਣ ਇਹ ਕਰੰਕ ਟਰਨ ਹੋ ਰਹੀ ਹੈ, ਪੀਟਰ ਦੀ ਕਰੰਕ ਇਹ ਟਰਨ ਹੋ ਰਹੀ ਹੈ। ਵੇਖੋ, ਇਹ ਮਸ਼ੀਨ ਹੈ ਜਿਹਦੇ ਉੱਤੇ ਕਰੰਕ ਦਾ ਸਾਈਜ਼ ਬਣੇਗੇ, ਕਰੰਕ ਨੂੰ ਜਿਹੜੀ ਸਟੈਂਡਰਡ 'ਤੇ 10 ਅਤੇ 20 'ਤੇ ਇਹ ਮਸ਼ੀਨ ਹੈ, ਇਹਦੇ ਉੱਤੇ ਕਰੰਕ ਬਣ ਕੇ ਨਾ ਇਸ ਕਿਸਮ ਦੀ ਹੈ। ਵੇਖੋ, ਇਹ ਮਸ਼ੀਨ ਚਲਦੀ, ਇਹਦੇ ਉੱਤੇ ਹੋ ਗਿਆ ਕੰਮ ਜੀ, ਅਜੇ ਕਰਨਾ ਜੀ, ਹੋ ਗਿਆ ਜੀ। ਅੱਛਾ, ਬਸ ਜੀ, ਹਾਂਜੀ, ਇਹ ਮਸ਼ੀਨ ਹੈ ਜੀ ਉਹ।